ਅੱਜ ਆਪਾਂ ਗੱਲ ਕਰਾਂਗੇ ਬਲਿਊ ਸਟਾਰ ਓਪਰੇਸ਼ਨ। ਮੇਰੇ ਤੋਂ ਪਹਿਲਾਂ ਭਾਈ ਰੌਣਕ ਸਿੰਘ ਜੀ, ਭਾਈ ਗੁਰਦਿਆਲ ਸਿੰਘ ਜੀ, ਭਾਈ ਪਿਆਰਾ ਸਿੰਘ ਜੀ ਇਬਰਾਹਿਮਪੁਰ ਜਿੱਥੇ ਸਮਾਗਮ ਹੈ, ਅਰਜਨ ਸਿੰਘ ਪਰਵਾਨਾ ਜੀ ਅਤੇ ਮੇਰੇ ਸਤਿਕਾਰਯੋਗ ਵੱਡੇ ਮੋਹਕਮ ਸਿੰਘ ਜੀ, ਜਿਨ੍ਹਾਂ ਦਾ ਬੜਾ ਪ੍ਰੇਮ ਦਾਸ ਦੇ ਚਾਚਾ ਗਿਆਨੀ ਹਰਦੇਵ ਸਿੰਘ ਜੀ ਸਾਊਥ ਹਾਲ ਇੰਗਲੈਂਡ ਤੋਂ, ਉਹਨਾਂ ਨੇ ਵੀ ਫਤਿਹ ਭੇਜੀ ਹੈ। ਔਰ ਬਲਿਊ ਮੈਣੇ ਹੁੰਦਾ ਨੀਲਾ, ਸਟਾਰ ਮੈਣੇ ਪਗੜੀ। ਪਿਆਰ ਨਾਲ ਆਖੋ ਸਤਨਾਮ ਸ੍ਰੀ। ਬਲਿਊ ਮੈਣੇ ਬੋਲੋ ਜੀ, ਨੀਲਾ ਔਰ ਸਟਾਰ ਮੈਣੇ ਪਗੜੀ। ਐਵਰੀਬਡੀ ਅੰਡਰਸਟੈਂਡ, ਗੱਲ ਸਮਝ ਕੇ ਜਾਇਓ। 15 ਮਿੰਟ ਹੀ ਬਹੁਤ ਹੈ, ਆਪਾਂ ਨੂੰ 10 ਵੀ ਦੇ ਦਿਓ ਤਾਂ ਵੀ ਕੋਈ ਗੱਲ ਨਹੀਂ, ਗੱਲ ਸਮਝ ਆ ਜਾਏ। ਅਤੇ ਜੇ ਸਮਝ ਆ ਜਾਏ ਤਾਂ ਕਥਾ ਨਹੀਂ, ਰੋਲਾ ਹੀ ਹੈ, ਹੋਰ ਕੁਝ ਵੀ ਨਹੀਂ, ਜਿੰਨਾ ਮਰਜ਼ੀ ਪਾਈ ਜਾਓ। ਬਲਿਊ ਮੈਣੇ ਨੀਲਾ, ਸਟਾਰ ਮੈਣੇ ਪਗੜੀ। ਗੌਰਮੈਂਟ ਨੇ ਨੀਲੀਆਂ ਪਗੜੀਆਂ ਵਾਲਿਆਂ ਦਾ ਓਪਰੇਸ਼ਨ ਰੱਖਿਆ ਗਿਆ। ਤਰੀਕ ਮਿੱਥੀ ਗਈ 3 ਜੂਨ, ਕਿਉਂਕਿ 1984 ਵਿੱਚ 3 ਜੂਨ ਨੂੰ ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਪੁਰਬ ਸੀਗਾ। ਔਰ ਇਹਦੇ ਵਿੱਚ ਜਿਹੜੀਆਂ ਸਰਕਾਰਾਂ ਕੰਟਰੀਜ਼ ਇਨਵੋਲਵਡ ਸਨ, ਸਭ ਤੋਂ ਪਹਿਲਾਂ ਇੰਗਲੈਂਡ ਇਨਵੋਲਵ ਸੀ ਇਹਦੇ ਅੰਦਰ, ਦੂਸਰਾ ਰਸ਼ੀਆ ਇਹਦੇ 'ਚ ਇਨਵੋਲਵ ਸੀਗਾ। ਕਿਉਂਕਿ ਇਹ ਜਿਹੜਾ ਵੱਡਾ ਓਪਰੇਸ਼ਨ ਕਰਨ ਦੇ ਲਈ ਇਹ 3 ਸਰਕਾਰਾਂ ਦੇ ਜਿਹੜੇ ਇੰਟੈਲੀਜੈਂਸ ਬਿਊਰੋ ਨੂੰ ਬੁਲਾਇਆ ਗਿਆ ਕਿ ਇਹਨਾਂ 'ਤੇ ਓਪਰੇਸ਼ਨ ਕਿੱਦਾਂ ਕੀਤਾ ਜਾਏ, ਕਿਉਂਕਿ ਇਹਨਾਂ ਦਾ ਇਤਿਹਾਸ ਬੋਲਦਾ ਹੈ ਕਿ ਇਹਨਾਂ ਦੇ ਗੁਰੂ ਨੇ ਚਮਕੌਰ ਦੀ ਗੜੀ ਵਿੱਚ 40 ਸਿੱਖਾਂ ਨੂੰ 10 ਲੱਖ ਨਾਲ ਲੜਵਾਇਆ ਹੈ। ਅਤੇ ਹੋ ਸਕਦਾ ਹੈ ਕਿ ਸਰਕਾਰ ਜਿਹੜੀ ਹੈ ਇਹਨਾਂ ਦੇ ਸਿੱਖ ਇੰਨੇ ਹੋਣ ਕਿ ਸਰਕਾਰ ਜਿੱਤ ਨਾ ਸਕੇ। ਇਹਦੀ ਚੰਡੀਗੜ੍ਹ ਚੰਡੀ ਮੰਦਿਰ 2 ਕੋਰ ਹੈੱਡਕੁਆਟਰ ਦੇ ਵਿੱਚ 8 ਦਿਨ ਦੀ ਇੰਡੀਅਨ ਆਰਮੀ ਨੂੰ ਬਕਾਇਦਾ ਟ੍ਰੇਨਿੰਗ ਦਿੱਤੀ ਗਈ। ਚੰਡੀਗੜ੍ਹ ਚੰਡੀ ਮੰਦਿਰ ਵਿੱਚ ਇਹਦੀ 8 ਦਿਨ ਦੀ ਬਕਾਇਦਾ ਇੰਡੀਅਨ ਆਰਮੀ ਨੂੰ ਟ੍ਰੇਨਿੰਗ ਦਿੱਤੀ ਗਈ ਕਿ ਤੁਸੀਂ ਕਿਸ ਤਰੀਕੇ ਦੇ ਨਾਲ ਔਰ ਕਿੰਨੀ ਤਰੀਕ ਨੂੰ ਇਹ ਓਪਰੇਸ਼ਨ ਕਰਨਾ। ਓਪਰੇਸ਼ਨ ਕਰਨ ਦੀ ਤਰੀਕ ਰੱਖੀ ਗਈ 3 ਜੂਨ। ਉਸ ਦਿਨ ਕਿਹੜਾ ਦਿਹਾੜਾ ਸੀਗਾ ਗੁਰੂ ਅਰਜਨ ਸਾਹਿਬ ਜੀ ਦਾ? ਕੀ ਸੀ ਜੀ? ਉੱਚੀ ਆਵਾਜ਼ 'ਚ ਬੋਲੋ ਜੀ, ਸ਼ਹੀਦੀ ਪੁਰਬ ਸੀਗਾ ਕਿ ਸਿੱਖ ਸੰਗਤਾਂ ਬਹੁਤ ਵੱਡੀ ਗਿਣਤੀ 'ਚ ਆਉਣ ਅਤੇ ਇਹਨਾਂ ਦਾ ਘਾਣ ਕਰ ਸਕੀਏ। ਇਸ 2 ਕੋਰ ਹੈੱਡਕੁਆਟਰ ਦੇ ਅੰਦਰ 37 ਗੁਰਦੁਆਰਿਆਂ ਦਾ ਮਾਡਲ ਤਿਆਰ ਕੀਤਾ ਗਿਆ, 37 ਗੁਰਦੁਆਰਿਆਂ ਦਾ ਮਾਡਲ ਤਿਆਰ ਕੀਤਾ ਗਿਆ। ਇਕੱਲਾ ਹਰਿਮੰਦਰ ਸਾਹਿਬ ਓਪਰੇਸ਼ਨ ਨਹੀਂ ਹੋਏਗਾ, ਬਾਕੀ ਦੇ ਵੀ ਜਿਹੜੇ ਸਿੱਖਾਂ ਦੇ ਗੁਰਧਾਮ ਹਨ ਉਹਨਾਂ 'ਤੇ ਵੀ ਅਟੈਕ ਕੀਤਾ ਜਾਏ। ਬਿਨਾਂ ਕਿਸੇ ਵਾਰਨਿੰਗ ਦੇ 1 ਜੂਨ ਨੂੰ 1:03 'ਤੇ ਗੋਲੀਬਾਰੀ ਸ਼ੁਰੂ ਹੋ ਗਈ ਹਰਿਮੰਦਰ ਸਾਹਿਬ। ਔਰ ਜਿਹੜੀ ਪਹਿਲੀ ਦਰਸ਼ਨੀ ਦਿਉੜੀ ਸੀਗੀ ਉਹਦੇ ਉੱਤੇ ਇੱਕ ਪਾਠੀ ਸਿੰਘ ਖੜ੍ਹੇ ਹੋਏ ਸਨ, ਉਸ ਦਾ ਨਾਮ ਹੈ ਭਾਈ ਮਹਿੰਗਾ ਸਿੰਘ, ਜਗਾਦਰੀ ਦੇ ਰਹਿਣ ਵਾਲੇ ਸਨ ਜਮੁਨਾਨਗਰ ਦੇ। ਜਦੋਂ ਮਸ਼ੀਨ ਗਨ ਦੀ ਗੋਲੀ ਆਉਂਦੀ ਹੈ ਅਤੇ ਪਹਿਲੀ ਗੋਲੀ 1984 ਦੇ ਪਹਿਲੇ ਸ਼ਹੀਦ ਭਾਈ ਮਹਿੰਗਾ ਸਿੰਘ ਹੁੰਦੇ ਹਨ। ਇਹ ਗੋਲੀਬਾਰੀ ਜਦੋਂ ਸ਼ੁਰੂ ਹੋਈ ਤਾਂ ਸਿੱਖ ਸੰਗਤਾਂ ਦੇ ਵਿੱਚ ਹਫੜਾ ਦਫੜੀ ਮੱਚ ਗਈ ਕਿ ਅਚਾਨਕ ਗੋਲੀ ਕਿੱਥੋਂ ਆਉਣ ਲੱਗ ਪਈ ਹੈ। ਇੱਥੇ ਹੁਣ ਗੋਲੀਬਾਰੀ ਇੰਨੀ ਤੇਜ਼ ਕਰ ਦਿੱਤੀ ਗਈ ਔਰ ਸਿੱਖ ਸੰਗਤਾਂ ਨੂੰ ਜਿੱਥੇ ਜਿੱਥੇ ਜਗ੍ਹਾ ਮਿਲੀ ਉਹ ਆਪਣੇ ਪਰਿਵਾਰ, ਕਿਉਂਕਿ ਉਹ ਮੱਥਾ ਟੇਕਣ ਆਏ ਸਨ ਹਰਿਮੰਦਰ ਸਾਹਿਬ,
ਤਾਂ ਜਿੱਥੇ ਕਮਰੇ ਮਿਲੇ, ਜਿੱਥੇ ਗੁਫਾ ਮਿਲੀ ਛਿਪ ਗਏ। ਇਹ ਸਵੇਰ 1 ਵਜੇ ਦੁਪਹਿਰੇ ਗੋਲੀ ਸ਼ੁਰੂ ਹੋਈ ਹੈ ਅਤੇ ਸ਼ਾਮ ਤੱਕ ਗੋਲੀ ਚੱਲਦੀ ਰਹੀ। 2 ਜੂਨ ਨੂੰ ਗੋਲੀ ਨੂੰ ਢਿੱਲ ਦਿੱਤੀ ਗਈ, 2 ਜੂਨ ਨੂੰ ਗੋਲੀਆਂ ਬੰਦ ਕਰ ਦਿੱਤੀਆਂ ਗਈਆਂ। ਉਹਦਾ ਕਾਰਨ ਕੀ ਕਿ 3 ਜੂਨ ਨੂੰ ਸ਼ਹੀਦੀ ਪੁਰਬ ਹੈ ਅਤੇ ਸਿੱਖ ਸੰਗਤ ਬਹੁਤੀ ਆਵੇ, ਅਤੇ ਇਹਦੇ ਵਿੱਚ ਇੱਕ ਚੀਜ਼ ਦਾ ਧਿਆਨ ਰੱਖਿਆ ਗਿਆ ਵੀ ਜਿਹੜੀ ਸੰਗਤ ਬਾਹਰੋਂ ਆ ਰਹੀ ਸੀ ਉਹਨੂੰ ਨਹੀਂ ਰੋਕਿਆ ਜਾ ਰਿਹਾ ਸੀ, ਜਿਹੜੀ ਹਰਿਮੰਦਰ ਸਾਹਿਬ ਤੋਂ ਬਾਹਰ ਜਾ ਰਹੀ ਸੀ ਉਹਨੂੰ ਬਾਹਰ ਨਹੀਂ ਜਾਣ ਦਿੱਤਾ ਜਾ ਰਿਹਾ ਸੀਗਾ। ਇੱਥੇ ਹੁਣ 2 ਜੂਨ ਨੂੰ ਗੋਲੀਬਾਰੀ ਬੰਦ ਕਰ ਦਿੱਤੀ ਗਈ, 3 ਜੂਨ ਨੂੰ 4 ਵਜੇ ਫਿਰ ਗੋਲੀਬਾਰੀ ਸ਼ੁਰੂ ਹੋ ਗਈ, ਅਤੇ 3 ਜੂਨ ਨੂੰ ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਪੁਰਬ ਸੀਗਾ, 3 ਜੂਨ ਨੂੰ ਸਵੇਰੇ 8 ਵਜੇ ਪਾਣੀ ਦਾ ਕਨੈਕਸ਼ਨ ਬੰਦ ਕਰ ਦਿੱਤਾ ਗਿਆ ਔਰ ਲਾਈਟ ਬਿਜਲੀ ਬੰਦ ਕਰ ਦਿੱਤੀ ਗਈ ਅਤੇ ਟੈਲੀਫੋਨ ਦੇ ਕਨੈਕਸ਼ਨ ਕੱਟ ਦਿੱਤੇ ਗਏ। ਕਿਉਂ? ਕਿਉਂਕਿ ਸਿੱਖ ਸੰਗਤਾਂ ਅੱਤ ਦੀ ਗਰਮੀ ਦੇ ਵਿੱਚ ਛਬੀਲ ਲਗਾਉਂਦੀਆਂ ਹਨ ਅਤੇ ਲੋਕ ਪਾਣੀ ਤੋਂ ਤੜਫ ਕੇ ਆਪਣੇ ਆਪ ਮਰ ਜਾਣ। ਪਿਆਰ ਨਾਲ ਆਖੋ ਸਤਨਾਮ ਸ੍ਰੀ। ਇੱਥੇ ਹੁਣ ਜਦੋਂ ਇਹ ਪਾਣੀ ਦੇ ਕਨੈਕਸ਼ਨ ਬੰਦ ਕਰ ਦਿੱਤੇ ਗਏ, ਬਿਜਲੀ ਕਨੈਕਸ਼ਨ ਬੰਦ ਕੱਟ ਦਿੱਤੇ ਗਏ, ਗਰਮੀ ਨਾਲ ਸਿੱਖ ਸੰਗਤਾਂ ਵਿਲਕਣੀਆਂ ਸ਼ੁਰੂ ਹੋ ਗਈਆਂ। 3 ਜੂਨ ਨੂੰ ਹੀ ਬਰਨਾਲੇ ਦੇ ਇਲਾਕੇ ਸੰਘੇੜੇ ਪਿੰਡ ਦੇ 25 ਮੈਂਬਰ ਟਰੱਕ ਭਰ ਕੇ ਆਪਣਾ ਨਵਾਂ ਟਰੱਕ ਖਰੀਦਿਆ ਸੀ, ਉਹ ਹਰਿਮੰਦਰ ਸਾਹਿਬ ਮੱਥਾ ਟੇਕਣ ਆਏ ਤਾਂ ਉਹਨਾਂ ਦੇ 25 ਜੀਆਂ ਨੂੰ ਉਤਾਰ ਕੇ ਲਾਈਨ ਵਿੱਚ ਖੜਾ ਕਰਕੇ 22 ਜੀਆਂ ਨੂੰ ਗੋਲੀ ਮਾਰ ਦਿੱਤੀ ਗਈ। ਉਹਨਾਂ ਵਿੱਚੋਂ ਬੱਚੇ ਸਨ, ਇੱਕ ਔਰਤ ਅਤੇ ਉਸਦਾ ਪਤੀ ਅਤੇ ਇੱਕ ਛੋਟਾ ਜਿਹਾ 1 ਸਾਲ ਦਾ ਬੱਚਾ। ਕਿੰਨੇ ਸਾਲ ਦਾ ਜੀ? 1 ਸਾਲ ਦਾ ਬੱਚਾ। ਔਰ ਉਸ ਬੀਬੀ ਦੇ ਪਤੀ ਨੂੰ ਕੱਢਿਆ ਟਰੱਕ ਵਿੱਚੋਂ, ਉਹਨੂੰ ਵੀ ਗੋਲੀ ਮਾਰ ਦਿੱਤੀ ਗਈ ਅਤੇ 1 ਸਾਲ ਦੇ ਬੱਚੇ ਨੂੰ ਵੀ ਗੋਲੀ ਮਾਰ ਦਿੱਤੀ ਗਈ। ਉਹ ਬੀਬੀ ਜਿਹੜੀ ਹੈ 3 ਜੂਨ ਤੋਂ ਲੈ ਕੇ 6 ਜੂਨ ਤੱਕ ਆਪਣੇ ਪਤੀ ਅਤੇ ਬੱਚੇ ਦੀ ਲਾਸ਼ 'ਤੇ ਰੋਂਦੀ ਰਹੀ, ਲੇਕਿਨ 6 ਜੂਨ ਵਾਲੇ ਦਿਨ ਉਹਨੂੰ ਫੜ ਕੇ ਆਰਮੀ ਨੇ ਕਿੱਥੇ ਭੇਜਿਆ ਜਿਹਦਾ ਅੱਜ ਤੱਕ 40 ਸਾਲ ਹੋ ਗਏ ਪਤਾ? ਬੋਲੋ ਜੀ, ਨਹੀਂ ਲੱਗਿਆਗਾ। ਇਹ ਜਦੋਂ 3 ਜੂਨ ਨੂੰ ਇਹ ਘਟਨਾ ਵਾਪਰਦੀ ਹੈ, ਇੱਥੇ ਸਿੱਖ ਬੱਬਰਾਂ ਵੱਲੋਂ ਵੀ ਜਿਹੜੀਆਂ ਨੇ ਉਹ ਗੋਲੀਆਂ ਚਲਾਈਆਂ ਗਈਆਂ, ਕਿਉਂਕਿ ਜਿਹੜੀ ਆਜ਼ਾਦੀ ਦੇਸ਼ ਨੂੰ ਮਿਲੀ ਹੈ 47 ਦੇ ਵਿੱਚ ਉਹ ਕਿਸੇ ਇੱਕ ਪਰਟੀਕੂਲਰ ਰਿਲੀਜ਼ਨ ਨੂੰ ਨਹੀਂ ਮਿਲੀ। ਇਹਦੇ ਵਿੱਚ ਸਿੱਖ, ਹਿੰਦੂ, ਮੁਸਲਿਮ, ਜੈਨੀ, ਪਾਰਸੀ, ਬੋਧੀ ਸਾਰੇ ਇਨਵੋਲਵਡ ਸਨ ਆਜ਼ਾਦੀ ਦੇ ਲਈ। ਇੱਕ ਸ਼ਾਇਰ ਨੇ ਬੜੀ ਸੋਹਣੀ ਗੱਲ ਲਿਖੀ ਹੈ, ਕਹਿੰਦਾ ਹਮੇ ਮਾਲੂਮ ਹੈ ਕਿ ਦੁਸ਼ਮਨ ਵੀ ਕੰਮ ਨਹੀਂ, ਹਮੇ ਮਾਲੂਮ ਹੈ ਕਿ ਦੁਸ਼ਮਨ ਵੀ ਕੰਮ ਨਹੀਂ, ਲੇਕਿਨ ਹਮਾਰੀ ਤਰ੍ਹਾਂ ਹਥੇਲੀ ਪੇ ਜਾਨ ਥੋੜ੍ਹੀ ਹੈ, ਜੋ ਆਜ ਸਾਹਿਬੇ ਮਸਨਤ ਹੈ ਕੱਲ੍ਹ ਨਹੀਂ ਹੋਂਗੇ, ਕਿਰਾਏਦਾਰ ਹੈ ਜ਼ਾਤੀ ਮਕਾਨ ਥੋੜ੍ਹੀ ਹੈ, ਸਭੀ ਕਾ ਖੂਨ ਸ਼ਾਮਲ ਹੈ ਇਸ ਦੇਸ਼ ਕੀ ਮਿੱਟੀ ਮੇ, ਕਿਸੀ ਕੇ ਬਾਪ ਕਾ ਹਿੰਦੁਸਤਾਨ ਥੋੜ੍ਹੀ ਹੈ। ਇਹ ਸਭ ਦੇ ਲਈ ਸਾਂਝਾ ਹੈ, ਸਭ ਨੂੰ ਆਜ਼ਾਦੀ ਮਿਲੀ, ਪਰ ਸਿੱਖਾਂ ਨੂੰ ਹੀ ਕਿਉਂ ਟਾਰਗੇਟ ਕੀਤਾ ਗਿਆ? ਕਿਉਂਕਿ ਇਸ ਕਰਕੇ ਕੀਤਾ ਗਿਆ ਕਿ ਸਿੱਖ ਜਿਹੜੇ ਸਨ ਉਹ ਆਪਣੇ ਹੱਕ ਦੀ ਗੱਲ ਕਰ ਰਹੇ ਸਨ। ਅਨੰਦਪੁਰ ਦੇ 13 ਮਤਿਆਂ ਦੀ ਗੱਲ ਕੀਤੀ ਜਾ ਰਹੀ ਸੀਗੀ ਕਿ ਪੰਜਾਬੀ ਪੰਜਾਬੀਅਤ ਦੀ ਗੱਲ ਕੀਤੀ ਜਾਵੇ। ਇੱਥੇ ਹੁਣ ਸਰਕਾਰ ਨਹੀਂ ਚਾਹੁੰਦੀ ਸੀਗੀ। ਜਦੋਂ 4 ਜੂਨ ਦਾ ਦਿਨ ਆਇਆ ਅਤੇ ਸਵੇਰੇ ਅੰਮ੍ਰਿਤ ਵੇਲੇ ਪ੍ਰਕਾਸ਼ ਕਰ ਦਿੱਤਾ ਗਿਆ, ਇਹਦੇ ਵਿੱਚ ਕੀਰਤਨ ਕਰ ਰਹੇ ਸਨ ਭਾਈ ਅਮਰੀਕ ਸਿੰਘ ਜੀ ਵੈਰੋਵਾਰ ਵਾਲੇ। ਇਸ ਦੇ ਅੰਦਰ ਗ੍ਰੰਥੀ ਸੰਘ, ਗਿਆਨੀ ਪੂਰਨ ਸਿੰਘ, ਗਿਆਨੀ ਮੋਹਨ ਸਿੰਘ ਅਤੇ ਅਰਦਾਸੀਏ ਸਨ, ਜਗਿੰਦਰ ਸਿੰਘ ਵਿਨਾਤੀ ਜਿਹੜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਰਹੇ, ਅੱਜ ਉਹ ਦੁਨੀਆ ਨੂੰ ਅਲਵਿਦਾ ਕਹਿ ਗਏ। ਤੋ ਸਾਧ ਸੰਗਤ, ਇੱਥੇ ਜਦੋਂ 4 ਜੂਨ ਨੂੰ
ਫਿਰ ਗੋਲੀਬਾਰੀ ਸ਼ੁਰੂ ਹੁੰਦੀ ਹੈ। 4 ਜੂਨ ਨੂੰ ਸਿੱਖ ਸੰਗਤਾਂ ਪਾਣੀ ਤੋਂ ਵਿਲਕਰੀਆਂ ਨੇ, ਪਿਆਸ ਨਾਲ ਤੜਫਰੀਆਂ ਨੇ। ਜਿਹੜੇ ਨੌਜਵਾਨ ਹਰਿਮੰਦਰ ਸਾਹਿਬ ਮੱਥਾ ਟੇਕਣ ਆਏ ਸਨ ਰਾਮਦਾਸ ਸਰਾਂ ਬੇਸਮੈਂਟ ਦੇ 61 ਨੰਬਰ ਕਮਰੇ ਦੇ ਵਿੱਚ, ਪਿਆਰ ਨਾਲ ਆਖੋ ਸਤਨਾਮ ਸ੍ਰੀ, ਉੱਚੀ ਆਵਾਜ਼ ਬੋਲੋ ਸਤਨਾਮ ਸ੍ਰੀ। 4 ਜੂਨ ਦਾ ਦਿਨ ਆ ਗਿਆ, 1 ਜੂਨ ਨੂੰ ਗੋਲੀਬਾਰੀ ਸ਼ੁਰੂ ਹੋਈ ਹੈ ਰਾਮਦਾਸ ਬੇਸਮੈਂਟ ਸਰਾਂ ਦੇ 61 ਨੰਬਰ ਕਮਰੇ ਦੇ ਵਿੱਚ 50 ਤੋਂ 60 ਨੌਜਵਾਨਾਂ ਨੂੰ ਆਰਮੀ ਵੱਲੋਂ ਫੜ ਕੇ ਬੰਦ ਕਰ ਦਿੱਤਾ ਗਿਆ। ਅਤੇ ਜਦੋਂ ਅੱਤ ਦੀ ਗਰਮੀ ਸੀ, ਉਹਨਾਂ ਨੌਜਵਾਨਾਂ ਨੇ ਪਾਣੀ ਮੰਗਿਆ। ਸ਼ਾਮ ਹੋ ਚੁੱਕੀ ਹੈ, ਗੋਲੀਬਾਰੀ ਚੱਲ ਰਹੀ ਹੈ ਅਤੇ ਹਰਿਮੰਦਰ ਸਾਹਿਬ ਦੇ ਸੁਨਹਿਰੀ ਕਲਸ਼ ਨੂੰ ਗੋਲੀਆਂ ਚੀਰਦੀਆਂ ਜਾ ਰਹੀਆਂ ਨੇ। ਜੋ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਲਾਹੌਰ ਦਰਬਾਰ ਵਿੱਚ ਕਿਸੇ ਨੇ ਸ਼ਮਿਆਨਾ ਭੇਟ ਕੀਤਾ ਚੰਦੋਆ ਸਾਹਿਬ, ਅਤੇ ਮਹਾਰਾਜਾ ਰਣਜੀਤ ਸਿੰਘ ਨੇ ਕਿਹਾ ਇਹ ਸ਼ਮਿਆਨਾ ਸਾਡੇ ਦਰਬਾਰ ਨਹੀਂ, ਇਹ ਗੁਰੂ ਰਾਮਦਾਸ ਦੇ ਦਰਬਾਰ 'ਚ ਲੱਗਣਾ ਚਾਹੀਦਾ। ਉਸ ਸ਼ਮਿਆਨੇ ਦੀ ਕੀਮਤ 80 ਲੱਖ ਰੁਪਈਆ ਸੀ। ਕਿੰਨੀ ਜੀ? 80 ਲੱਖ ਰੁਪਈਆ। ਔਰ 4 ਜੂਨ ਦੀ ਗੋਲੀਬਾਰੀ ਦੇ ਵਿੱਚ ਉਹ ਸ਼ਮਿਆਨਾ ਵੀ ਜਿਹੜਾ ਸੀਗਾ ਸੜ ਕੇ ਸਵਾਹ ਹੋ ਚੁੱਕਾ ਸੀਗਾ। ਇੱਥੇ ਹੁਣ ਜਦੋਂ ਆਦਿ ਬੀੜ ਹਰਿਮੰਦਰ ਸਾਹਿਬ 200 ਸਾਲ ਤੋਂ ਜਿਹੜਾ ਸਿੱਖ ਰਾਜ ਚੱਲਦਾ ਆਇਆ, 1757 ਦੇ ਵਿੱਚ ਸਿੱਖ ਮਿਸਲਾਂ ਭਾਈ ਦੇਸ ਰਾਜ ਨੇ ਹਰਿਮੰਦਰ ਸਾਹਿਬ ਦੀ ਸੇਵਾ ਸੰਭਾਲੀ, ਉਦੋਂ ਤੋਂ ਆਦਿ ਬੀੜ ਦਾ ਪ੍ਰਕਾਸ਼ ਹੁੰਦਾ ਆ ਰਿਹਾ ਸੀ। ਲੇਕਿਨ 4 ਜੂਨ ਵਾਲੇ ਦਿਨ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਅੰਗਾਂ ਦੇ ਵਿੱਚ ਗੋਲੀਆਂ ਮਾਰੀਆਂ ਗਈਆਂ, ਉਹ ਵੀ ਸਰੂਪ ਜਿਹੜਾ ਸਿੱਖ ਕੌਮ ਨੇ ਸੰਭਾਲ ਕੇ ਰੱਖਿਆ ਹੋਇਆ। ਇੱਧਰੋਂ ਹੁਣ ਅਲੈਚੀ ਬੇਰੀ ਅਤੇ ਅਕਾਲ ਬੁੰਗੇ ਵਾਲੀ ਸਾਈਡ ਅਖੰਡ ਪਾਠ ਸਾਹਿਬ ਚੱਲ ਰਹੇ ਸਨ। ਇੱਥੇ 4 ਜੂਨ ਵਾਲੇ ਦਿਨ ਜਦੋਂ ਗੋਲੀਬਾਰੀ ਹੋਈ ਤਾਂ ਪਾਠੀ ਸਿੰਘ ਪਾਠ ਕਰ ਰਹੇ ਸਨ ਉੱਪਰਲੀ ਮੰਜ਼ਿਲ 'ਤੇ। ਉਹਨਾਂ ਨੇ ਦੇਖਿਆ ਕਿ ਸਟੇਨ ਗਨ ਦਾ ਮੂੰਹ ਸਾਡੇ ਵੱਲ ਹੋ ਗਿਆ। ਉਹਨਾਂ ਨੇ ਇੱਕਦਮ ਸਰੀਰ ਦੇ ਨਾਲ ਗੁਰੂ ਗ੍ਰੰਥ ਸਾਹਿਬ ਨੂੰ ਢੱਕਣ ਦੀ ਕੋਸ਼ਿਸ਼ ਕੀਤੀ ਅਤੇ ਗੋਲੀ ਉਹਨਾਂ ਦੇ ਸੀਨੇ ਵਿੱਚ ਵੱਜੀ। ਉਹ ਸਾਰੇ ਦਾ ਸਾਰਾ ਖੂਨ ਆ ਕੇ ਗੁਰੂ ਗ੍ਰੰਥ ਸਾਹਿਬ 'ਤੇ ਡੁੱਲ ਗਿਆ। ਉਹ ਅੱਜ ਵੀ ਸਰੂਪ ਸਿੱਖ ਪੰਥ ਨੇ ਸੰਭਾਲ ਕੇ ਰੱਖਿਆ ਹੋਇਆ ਹੈ। ਇੱਥੇ ਹੁਣ ਜਦੋਂ ਸ਼ਾਮ ਹੋਈ, ਜਿਹੜੇ 60 ਨੌਜਵਾਨ ਬੰਦ ਕੀਤੇ ਸਨ, ਉਹਨਾਂ ਨੇ ਕਿਹਾ ਫੌਜੀਆਂ ਨੂੰ ਕਿ ਸਾਨੂੰ ਪਾਣੀ ਦੇ ਦਿਓ, ਅਤੇ ਫੌਜੀ ਕਹਿਣ ਲੱਗੇ ਪਹਿਲੇ ਤੋਂ ਕਹਤੇ ਥੇ ਹਰਿਆਣੇ ਕੋ ਪਾਣੀ ਨਹੀਂ ਦੇਣਾ, ਅਬ ਪਾਣੀ ਦੇ ਮੰਗਤੇ ਹੋ, ਤੁਮੇ ਪਾਣੀ ਨਹੀਂ ਤੁਮੇ ਸਟੇਨ ਗਨ ਕੀ ਗੋਲੀ ਮਿਲੇਗੀ, ਅਤੇ ਜਾਓ ਤੁਹਾਰੇ ਗੁਰੂ ਗੋਬਿੰਦ ਸਿੰਘ ਕੋ ਕਹਿ ਦਿਓ ਜਾ ਕੇ ਬਰਸਾਤ ਕਰ ਦੇ। ਜਦੋਂ 4 ਜੂਨ ਨੂੰ ਨੌਜਵਾਨ ਬੰਦ ਕੀਤੇ, 5 ਜੂਨ ਨੂੰ ਸਵੇਰੇ ਕਮਰਾ ਖੋਲ੍ਹਿਆ ਗਿਆ, ਉਹਦੇ ਵਿੱਚੋਂ 55 ਨੌਜਵਾਨ ਪਾਣੀ ਪੀਣ ਤੋਂ ਬਿਨਾਂ ਤੜਫ ਤੜਫ ਕੇ ਮਰ ਚੁੱਕੇ ਸਨ ਉੱਥੇ। ਇੱਥੇ ਹੁਣ ਹਰਿਮੰਦਰ ਸਾਹਿਬ ਦਾ ਸਰੋਵਰ ਜਿੱਥੇ ਸਿੱਖ ਸੰਗਤ ਨਤਮਸਤਕ ਹੁੰਦੀ ਹੈ, ਡਿੱਠੇ ਸਭੇ ਥਾਵ ਨਹੀਂ ਤੁਦ ਜਿਹਾ, ਇੱਥੇ ਹਰਿਮੰਦਰ ਸਾਹਿਬ ਦਾ ਪਾਣੀ ਲਾਲ ਹੋ ਚੁੱਕਾ ਸੀਗਾ। ਔਰ 5 ਜੂਨ ਦਾ ਉਹ ਦਿਨ ਸੀ, ਅੱਜ ਕਿੰਨੀ ਤਰੀਕ ਹੈ? 5 ਜੂਨ ਹੈ, ਪਿਆਰ ਨਾਲ ਆਖੋ ਸਤਨਾਮ ਸ੍ਰੀ। ਅੱਜ ਉਹ ਦਿਨ ਸੀਗਾ ਜਦੋਂ 5 ਜੂਨ ਨੂੰ ਹਰਿਮੰਦਰ ਸਾਹਿਬ 200 ਸਾਲ ਲਗਾਤਾਰ ਜੋ ਪ੍ਰਕਾਸ਼ ਹੁੰਦਾ ਆ ਰਿਹਾ ਸੀਗਾ, 5 ਜੂਨ ਵਾਲੇ ਅੰਮ੍ਰਿਤਸਰ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਅੰਮ੍ਰਿਤ ਵੇਲੇ ਪ੍ਰਕਾਸ਼ ਨਹੀਂ ਹੋਇਆ ਸੀਗਾ। ਗੋਲੀਬਾਰੀ ਇਤਨੀ ਤੇਜ਼ ਸੀਗੀ, 5 ਜੂਨ ਨੂੰ ਭਾਈ ਅਮਰੀਕ ਸਿੰਘ ਦੇ ਪੱਟ ਵਿੱਚ ਗੋਲੀਆਂ ਵੱਜੀਆਂ ਜਿਹੜੇ ਕੀਰਤਨ ਕਰ ਰਹੇ ਸਨ। ਇੱਥੇ ਹੁਣ 5 ਜੂਨ ਦੇ ਵਾਲੇ ਦਿਨ ਜਦੋਂ ਤਲਾਸ਼ੀ ਹੋਈ ਤਾਂ ਇੱਥੇ ਗਿਆਨੀ ਪੂਰਨ ਸਿੰਘ, ਗਿਆਨੀ ਮੋਹਨ ਸਿੰਘ ਨੂੰ ਸਟੇਨਗਨ ਦੀ ਗੋਲੀ ਅੱਗੇ ਲਾ ਕੇ ਹੱਥ ਖੜ੍ਹੇ ਕਰਕੇ ਹਰਿਮੰਦਰ ਸਾਹਿਬ ਦੀ ਤਲਾਸ਼ੀ ਲਈ ਗਈ। ਇਹਦੇ ਵਿੱਚ ਕਿੰਨਾ ਕੁ ਅਸਲਾ ਹੈ, ਕਿੰਨੇ ਕੁ ਇੱਥੇ ਅੱਤਵਾਦੀ ਲੁਕੇ ਹਨ, ਪਰ ਜਦੋਂ ਤਲਾਸ਼ੀ ਲਈ ਗਈ ਤਾਂ ਉਹਨਾਂ ਨੂੰ ਕੁਝ ਵੀ ਪ੍ਰਾਪਤ ਬੋਲੋ ਜੀ ਨਹੀਂ ਹੋਇਆ ਗਾ।
ਇੱਥੇ ਹੁਣ ਜਦੋਂ ਹਰਿਮੰਦਰ ਸਾਹਿਬ ਦੇ ਵਿੱਚ ਗੋਲਾਬਾਰੀ ਚੱਲ ਰਹੀ ਹੈ, ਹਰਿਮੰਦਰ ਸਾਹਿਬ ਦਾ ਸਰੋਵਰ ਦਾ ਪਾਣੀ ਲਾਲ ਹੋ ਚੁੱਕਿਆ, ਹਰਿਮੰਦਰ ਸਾਹਿਬ ਦੇ ਅੰਦਰ ਲਾਸ਼ਾਂ ਇਉਂ ਤੈਰ ਰਹੀਆਂ ਸਨ ਕਿ ਜਿਵੇਂ ਬਾਰਿਸ਼ ਹੁੰਦੀ ਹੈ ਅਤੇ ਬੱਚੇ ਕਾਗਜ਼ ਦੀਆਂ ਕਿਸ਼ਤੀਆਂ ਬਣਾ ਕੇ ਤੈਰਦੇ ਹਨ। ਇਹ ਤਾਂ ਛੋਟੇ ਛੋਟੇ ਬੱਚਿਆਂ ਦੀਆਂ ਲਾਸ਼ਾਂ ਜਿਹੜੀਆਂ ਸਨ ਪਾਣੀ ਦੇ ਵਿੱਚ ਤੈਰ ਰਹੀਆਂ ਸਨ, ਔਰ ਬੱਚੇ ਬਜ਼ੁਰਗ ਔਰਤ ਨੂੰ ਵੀ ਬਖਸ਼ਿਆ ਨਹੀਂ ਗਿਆ ਗਾ। ਇੱਥੇ ਤੱਕ ਹਰਿਮੰਦਰ ਸਾਹਿਬ ਦਾ ਜਿਹੜਾ ਸੁਨਹਿਰੀ ਕਲ ਸੜ ਕੇ ਸਵਾਹ ਹੋ ਚੁੱਕਾ ਸੀਗਾ, ਔਰ 6 ਜੂਨ ਦਾ ਦਿਨ ਜਦੋਂ ਆਉਂਦਾ ਹੈ, ਪਿਆਰ ਨਾਲ ਆਖੋ ਸਤਨਾਮ ਸ੍ਰੀ ਅਕਾਲ ਤਖਤ ਸਾਹਿਬ ਢਹਿ ਢੇਰੀ ਹੋ ਚੁੱਕਿਆ ਹੈ, ਔਰ ਇੱਥੇ ਸਿੱਖ ਜਰਨੈਲਾਂ ਵੱਲੋਂ ਵੀ ਫਾਇਰਿੰਗ ਕੀਤੀ ਗਈ ਕਿ ਆਪਣਾ ਹਰਿਮੰਦਰ ਸਾਹਿਬ ਨੂੰ ਕਿੱਦਾਂ ਬਚਾਇਆ ਜਾਵੇ। ਇੱਥੇ ਹੁਣ ਜਦੋਂ 6 ਜੂਨ ਦਾ ਦਿਨ ਆਉਂਦਾ ਹੈ, 6 ਜੂਨ ਦੀ ਤਲਾਸ਼ੀ ਦੇ ਵਿੱਚ ਜਿਹੜੀਆਂ ਸਿੱਖ ਸੰਗਤਾਂ ਹਰਿਮੰਦਰ ਸਾਹਿਬ ਦਰਸ਼ਨ ਕਰਨ ਲਈ ਆਈਆਂ ਸਨ, ਉਹਨਾਂ ਵਿੱਚੋਂ ਕੁਝ ਲੋਕਾਂ ਨੂੰ ਛੱਡ ਕੇ 150 ਸ਼ੱਕੀ ਲੋਕਾਂ ਨੂੰ ਖੜ੍ਹੇ ਕਰਕੇ ਲੈਣ ਵਿੱਚ ਗੋਲੀ ਮਾਰ ਦਿੱਤੀ ਗਈ ਸੀ, ਲੈਣ ਵਿੱਚ ਖੜ੍ਹੇ ਕਰਕੇ ਗੋਲੀ ਮਾਰ ਦਿੱਤੀ ਗਈ, ਔਰ ਬੀਬੀਆਂ ਬੱਚੇ ਜਿਹੜੇ ਸਨ ਉਹ ਪਾਣੀ ਤੋਂ ਤਰਸਦੇ ਹੋਏ ਵਿਲਕਦੇ ਹੋਏ ਮਰ ਰਹੇ ਸਨ, ਲੇਕਿਨ ਕੋਈ ਦਇਆ ਔਰ ਧਰਮ ਦੀ ਗੱਲ ਉੱਥੇ ਨਹੀਂ ਹੋ ਰਹੀ ਸੀਗੀ। ਇੱਥੇ 6 ਜੂਨ ਵਾਲੇ ਦਿਨ ਜਦੋਂ ਢਿੱਲ ਦਿੱਤੀ ਗਈ, 6 ਜੂਨ ਦਾ ਉਹ ਦਿਨ ਸੀ ਜਿਸ ਦਿਨ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਸ਼ਹਾਦਤ ਹੋਈ। ਉੱਥੇ ਇੱਕ ਸ਼ਾਇਰ ਨੇ ਬੜੀ ਸੋਹਣੀ ਗੱਲ ਕਹੀ ਸੀ, ਸਮੇਂ ਦੀ ਸਮਾਪਤੀ ਹੈ, ਪਿਆਰ ਨਾਲ ਆਖੋ ਸਤਨਾਮ ਸ੍ਰੀ। ਕਹਿੰਦਾ ਲੰਡਨ ਵਿੱਚ ਅਡਵੈਰ ਨੂੰ ਮਾਰ ਕੇ ਅਤੇ ਲੰਡਨ ਵਿੱਚ ਅਡਵੈਰ ਨੂੰ ਮਾਰ ਕੇ ਅਤੇ ਊਧਮ ਸਿੰਘ ਦਲੇਰੀ ਦਾ ਅੰਤ ਕਰ ਗਿਆ, ਲਛਮਣ ਸਿੰਘ ਨੇ ਖੂਨ ਦੇ ਨਾਲ ਧੋਤੇ, ਜਿਹੜੇ ਪਾਪ ਨਰੈਣੂ ਮਹੰਤ ਕਰ ਗਿਆ, ਉਹ ਐਸੀ ਕਰਨੀ ਕੋਈ ਨਹੀਂ ਕਰ ਸਕਦਾ ਜਿਹੜੀ ਕਰਨੀ ਭਿੰਡਰਾਂ ਵਾਲਾ ਸੰਤ ਕਰ ਗਿਆ। ਰਹਿੰਦੀ ਦੁਨੀਆਂ ਤੱਕ ਰਹੂਗਾ ਯਾਦ ਦਿਲਵਰ, ਰਹਿੰਦੀ ਦੁਨੀਆਂ ਤੱਕ ਰਹੂਗਾ ਯਾਦ ਦਿਲਵਰ, ਜਿਹੜਾ ਕ੍ਰਿਸ਼ਮਾ ਸਤਵੰਤ ਤੇ ਬੇਅੰਤ ਕਰ ਗਿਆ, ਗਾਂਧੀ ਵਾਂਗ ਨਹੀਂ ਚਰਖੇ ਚਲਾਏ ਅਸਾਂ, ਅਸੀਂ ਚਰਖੜੀਆਂ ਦੇ ਉੱਤੇ ਚੜੇ ਹੋਏ ਹਾਂ, ਜਿਨ੍ਹਾਂ ਸਕੂਲਾਂ ਵਿੱਚ ਸਿਰਾਂ ਦੀ ਫੀਸ ਲੱਗਦੀ ਅਸੀਂ ਉਹਨਾਂ ਸਕੂਲਾਂ 'ਚ ਪੜ੍ਹੇ ਹੋਏ ਹਾਂ। ਇਹ ਕੱਚੇ ਘੜੇ ਨਹੀਂ ਜਿਹੜੇ ਖੁਰ ਜਾਣੇ, ਇਹ ਕੱਚੇ ਘੜੇ ਨਹੀਂ ਜਿਹੜੇ ਖੁਰ ਜਾਣੇ, ਅਸੀਂ ਉਬਲਦੀਆਂ ਦੇਗਾਂ ਵਿੱਚ ਕੜੇ ਹੋਏ ਹਾਂ। ਇਹ ਉਹ ਸਿੱਖ ਨੇ। ਕਹਿੰਦੇ ਹਰਿਮੰਦਰ ਸਾਹਿਬ ਜਦੋਂ ਢਹਿ ਢੇਰੀ ਹੋਇਆ, ਇਹਦੇ ਵਿੱਚ ਜਿਹੜੇ ਹਰਬੰਸ ਲਾਲ ਖੰਨਾ ਜਿਹਨੇ ਗੁਰੂ ਰਾਮਦਾਸ ਮਹਾਰਾਜ ਜੀ ਦੀ ਫੋਟੋ ਵਿੱਚ ਸਿਗਰਟ ਲਾਈ ਸੀਗੀ, ਮੈਂ ਮਾਫ਼ੀ ਚਾਹੁੰਦਾ ਪਰ ਮੈਨੂੰ ਬੋਲਣਾ ਪਏਗਾ, ਇਹਨੇ ਜਿਹੜੇ ਨਾਅਰੇ ਤੁਹਾਨੂੰ ਭਾਈ ਸਾਹਿਬ ਦੱਸ ਕੇ ਗਏ ਹਨ, ਇਹ ਹਰਬੰਸ ਲਾਲ ਖੰਨਾ, ਅਰੁਣ ਜੇਟਲੀ, ਅਡਵਾਨੀ, ਇਹ ਸਾਰੇ ਇਨਵੋਲਵਡ ਸਨ। ਔਰ ਇੱਥੇ ਤੱਕ ਕਿ ਜਿਹਨੂੰ ਤੁਸੀਂ ਅੱਜ ਮਹਾਨਾਇਕ ਅਮਿਤਾਭ ਬੱਚਨ ਕਹਿੰਦੇ ਹੋ, ਇਹ ਵੀ ਅਨਵੋਲਵਡ ਹੈ 1984 ਦੇ ਸਿੱਖਾਂ ਦੇ ਕਤਲੇਆਮ ਦੇ ਅੰਦਰ। ਲੇਕਿਨ ਤੁਸੀਂ ਡਰਦੇ ਬੋਲਦੇ ਨਹੀਂ ਹੋ, ਸੱਚ ਬੋਲਣੇ ਕੇ ਲੀਏ ਜਿਗਰਾ ਹੋਣਾ ਚਾਹੀਏ, ਤਲਵੇ ਚਾਟਨੇ ਕੇ ਲੀਏ ਤਾਂ ਇੱਕ ਜੀਭ ਹੀ ਕਾਫੀ ਹੈ, ਕਿਉਂਕਿ ਸੱਚ ਬੋਲਣ ਲਈ ਜਿਗਰਾ ਹੋਣਾ ਚਾਹੀਦਾ ਹੈ। ਅਤੇ ਮੈਨੂੰ ਇਹ ਵੀ ਪਤਾ ਜੇ ਮੈਂ ਸੱਚ ਬੋਲਿਆ ਤਾਂ ਮੇਰੇ ਪਿੱਛੇ ਤੁਸੀਂ ਨਹੀਂ ਖੜਨਾ ਗਾ, ਪਿੱਛੇ ਨਹੀਂ ਖੜਨ ਵਾਲੇ ਹੁੰਦੇਗੇ, ਕਿਉਂਕਿ ਹੌਸਲੇ ਦੇਣ ਵਾਲੇ ਬਣਨ ਹੁੰਦੇ। ਭਾਈ ਚੰਦਰਪਾਲ ਸਿੰਘ ਨੇ ਪਹਿਲਾਂ ਕਿਹਾ ਸੀ ਅਸੀਂ ਤੁਹਾਡੇ ਨਾਲ ਖੜੇ ਔਰੰਗਾਬਾਦ, ਤੁਸੀਂ ਸੱਚ ਬੋਲਿਓ ਅਤੇ ਸੱਚ ਬੋਲ ਕੇ ਜਾਵਾਂਗਾ। ਸੱਚ ਕੋ ਮਿਟਾਓਗੇ ਮਿਟ ਜਾਓਗੇ ਜਹਾਨ ਸੇ, ਡਰਤਾ ਨਹੀਂ ਅਕਾਲ ਕਿਸੇ ਸ਼ਹਿਨਸ਼ਾਹ ਕੀ ਸ਼ਾਨ ਸੇ। ਕਹਿੰਦੇ ਸੱਚ ਨੂੰ ਮਿਟਾਉਣ ਵਾਲੇ ਬੜੇ ਹੋਏ, ਪਰ ਗੁਰੂ ਨਾਨਕ ਸਾਹਿਬ ਨੇ ਕਿਹਾ ਕੂੜ ਨਿਖੁੱਟੇ ਨਾਨਕਾ ਓੜਕ ਸੱਚ ਰਹੀ, ਸੱਚ ਸਦਾ ਥੇ ਰਹਿਣ ਵਾਲਾ ਹੈ। ਇੱਥੇ 6 ਜੂਨ ਨੂੰ ਜਦੋਂ ਹਰਿਮੰਦਰ ਸਾਹਿਬ ਦੇ ਵਿੱਚ ਤਲਾਸ਼ੀ ਹੁੰਦੀ ਹੈ ਤਾਂ ਸਿੱਖ ਸੰਗਤਾਂ ਪਾਣੀ ਤੋਂ ਵਿਲਕਦੀਆਂ ਸਨ, ਲੰਗਰ ਬੰਦ ਹੋ ਚੁੱਕੇ ਸਨ, ਕੁਝ ਸਿੱਖ
ਦੋਖੀ ਜਿਹੜੇ ਸਨ ਸਿੱਖਾਂ ਦੇ, ਉਹਨਾਂ ਨੇ ਹਰਿਮੰਦਰ ਸਾਹਿਬ ਦੀ ਢਹਿ ਢੇਰੀ ਦੀ ਖੁਸ਼ੀ ਵਿੱਚ ਸ਼ਰਾਬ ਦੀਆਂ ਬੋਤਲਾਂ ਵੰਡੀਆਂ ਗਈਆਂ, ਇੱਥੋਂ ਤੱਕ ਲੱਡੂ ਵੰਡੇ ਗਏ, ਮਠਿਆਈਆਂ ਵੰਡੀਆਂ ਗਈਆਂ। ਤੇ ਜਦੋਂ ਸਿੱਖਾਂ ਨੂੰ ਪਤਾ ਲੱਗਿਆ ਕਿ ਇਹ ਹਰਿਮੰਦਰ ਸਾਹਿਬ ਦੀ ਢਹਿ ਢੇਰੀ ਦੀ ਖੁਸ਼ੀ ਵਿੱਚ ਲੱਡੂ ਤੇ ਮਠਿਆਈਆਂ ਵੰਡ ਰਹੇ ਨੇ, ਸਿੱਖਾਂ ਨੇ ਖਾਣ ਤੋਂ ਇਨਕਾਰ ਕਰ ਦਿੱਤਾ ਸੀਗਾ। ਕਹਿੰਦੇ ਹਰਿਮੰਦਰ ਸਾਹਿਬ ਇੱਕ ਇਮਾਰਤ ਹੈ, ਇਹਨੂੰ ਢਾਓਗੇ ਇਹ ਫਿਰ ਬਣ ਜਾਏਗੀ, ਪਰ ਯਾਦ ਰੱਖਣਾ ਅਗਰ ਹਰਿਮੰਦਰ ਸਾਹਿਬ ਨੂੰ ਢਾਣਾ ਹੋਏਗਾ ਤੇ ਤੁਹਾਨੂੰ ਇੱਕ ਇੱਕ ਸਿੱਖ ਨੂੰ ਮਾਰਨਾ ਪਏਗਾ, ਕਿਉਂਕਿ ਹਰਿਮੰਦਰ ਸਾਹਿਬ ਇਮਾਰਤ ਹੈ, ਉਹ ਫਿਰ ਖੜੀ ਹੋ ਜਾਏਗੀ, ਪਰ ਅਸਲੀ ਹਰਿਮੰਦਰ ਸਾਹਿਬ ਤੇ ਸਿੱਖਾਂ ਦੇ ਹਿਰਦਿਆਂ ਵਿੱਚ ਵਸਦਾ ਹੈ। ਇਹ ਉਹ ਹਰਿਮੰਦਰ ਹੈ ਤੇ ਉੱਥੇ ਪ੍ਰੋਫੈਸਰ ਪੂਰਨ ਸਿੰਘ ਨੇ ਕਿਹਾ ਸੀ, ਕਹਿੰਦਾ ਜਾਓ ਜਾ ਕੇ ਬਿਜਲੀਆਂ ਨੂੰ ਖਬਰ ਕਰ ਦਿਓ, ਅਸੀਂ ਆਪਣਾ ਆਲਣਾ ਫਿਰ ਤੋਂ ਬਣਾ ਲਿਆ ਹੈ। ਉੱਥੇ ਪ੍ਰੋਫੈਸਰ ਪੂਰਨ ਸਿੰਘ ਨੇ ਬੜੀ ਸੋਹਣੀ ਗੱਲ ਕਹੀ, ਸਮੇਂ ਦੀ ਸਮਾਪਤੀ ਹੈ। ਉਹ ਕਹਿੰਦੇ, ਗੁਰੂ ਨਾਨਕ ਦੇ ਸਿੱਖਾ, ਜੇ ਤੈਨੂੰ ਹਰਿਮੰਦਰ ਸਾਹਿਬ ਜਾਣ ਦਾ ਸਮਾਂ ਮਿਲੇ, ਤੂੰ ਹਰਿਮੰਦਰ ਸਾਹਿਬ ਦੇ ਸਰੋਵਰ ਦੀਆਂ ਪਰਿਕਰਮਾ ਤੇ ਇੱਕ ਇੱਕ ਕਦਮ ਬੜੇ ਪਿਆਰ ਨਾਲ ਚੱਲੀ ਜੇ। ਪੁੱਛਿਆ ਪ੍ਰੋਫੈਸਰ ਸਾਹਿਬ ਕਿਉਂ, ਕਹਿੰਦਾ ਜੋ ਹਰਿਮੰਦਰ ਸਾਹਿਬ ਦੇ ਸਰੋਵਰ ਦੀਆਂ ਪਰਿਕਰਮਾ ਦੇ ਚਫੇਰੇ ਤੂੰ ਸੰਗ ਮਰਮਰ ਦੇ ਪੱਥਰ ਵੇਖਦਾ ਹੈ, ਇਹ ਪੱਥਰ ਨਹੀਂ ਹਨ, ਇੱਥੇ ਗੁਰੂ ਨਾਨਕ ਦੇ ਸਿੱਖਾਂ ਦੇ ਸਿਰ ਲੱਗੇ ਹੋਏ ਹਨ, ਤੇਰੇ ਤੇਜ਼ ਚੱਲਣ ਦੇ ਨਾਲ ਕਿਤੇ ਉਸ ਸਿੱਖ ਦੇ ਸਿਰ ਨੂੰ ਠੇਸ ਨਾ ਪਹੁੰਚ ਜਾਵੇ, ਕਿਉਂਕਿ ਇੱਥੇ 8 ਦਿਨ ਤੋਂ ਲੈ ਕੇ ਔਰ 8 ਸਾਲ ਦੇ ਬੱਚੇ ਦਾ ਸਿਰ ਹਰਿਮੰਦਰ ਸਾਹਿਬ ਲੱਗਾ ਹੋਇਆ ਹੈ। ਇਹ ਉਹ ਸ਼ਹੀਦ ਹਨ ਜਿਨ੍ਹਾਂ ਨੂੰ ਅਸੀਂ ਯਾਦ ਕਰਦੇ ਹੋਏ 1984 ਬਲਿਊ ਸਟਾਰ ਓਪਰੇਸ਼ਨ ਦੀ ਯਾਦ ਦੇ ਵਿੱਚ ਇਹ ਸਮਾਗਮ ਰੱਖਿਆ ਗਿਆ ਹੈ। ਸੋ ਮੈਂ ਸਾਰੀ ਸੰਗਤ ਦਾ ਧੰਨਵਾਦੀ ਹਾਂ, ਸਮੇਂ ਦੀ